ਕਾਰ ਨਾਲ ਗੱਲਬਾਤ ਕਰ ਮੰਡੀਆਂ ਨੂੰ ਫਿਲਹਾਲ ਪੱਕਾ ਕੀਤਾ ਜਾਵੇ ਗੱਲ ਕਰ ਲਈ ਜਾ ਰਹੀ ਹੈ ਫਿਲਹਾਲ ਤਸਵੀਰਾਂ ਤੁਸੀਂ ਵੇਖ ਰਹੇ ਹੋ ਬੱディア ਦਾ ਕੀ ਕੁਚਾਲਾ ਕੱਚੀ ਮੰਡੀਆਂ ਨੇ ਇਹ ਤੇ ਪੂਰੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤੇ ਐਵੇਂ ਦੀ 24 ਮੰਡੀਆਂ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਤੇ ਮੀਂਦਾ ਪ੍ਰਕੋਪ ਵੀ ਹੈ ਉਹ ਕਿਸਾਨਾਂ ਤੇ ਪੈ ਰਿਹਾ ਫਸਲਾਂ ਤੇ ਉਹ ਵੀ ਇੱਕ ਵੱਡਾ ਮਸਲਾ ਪਰ ਦੂਜੇ ਪਾਸੇ ਕੱਚੀਆਂ ਮੰਡੀਆਂ ਦਾ ਮਸਲਾ ਲਗਾਤਾਰ ਸੁਰਖੀਆਂ ਚਮੜਿਆ ਹੋਇਆ ਹੈ ਦੀ ਹੁਣ ਬਾਰਸ਼ ਹੋਈ ਇਹ ਮੌਸਮ ਦੀ ਮਾਰ ਵੀ ਕਿਸਾਨਾਂ ਨੂੰ ਐ ਹੁਣ ਜਿਹੜੀ ਫਸਲ ਤੀ ਗਹਿੂੰ ਦੀ ਉਹ ਪੱਕ ਕੱਟਣੋਂ ਤਿਆਰ ਸੀ ਤੇ ਇਸ ਬਰਖਾ ਦੇ ਨਾਲ ਢੇਰੀ ਵੀ ਚੱਲੀ ਢੇਰੀ ਚੱਲਣ ਨਾਲ ਜਿਹੜੀ ਕਣਕ ਹੈ ਉਹ ਡਿੱਗ ਗਈ ਇਸ ਕਰਕੇ ਕਿਸਾਨਾਂ ਨੂੰ ਇਹ ਦੋਰੀ ਮਾਰ ਪੈ ਗਈ ਇੱਕ ਉਹਨਾਂ ਦੀ ਤੂੜੀ ਖਰਾਬ ਹੋ ਜਾਣੀ ਦੂਜੀ ਜਿਹੜਾ ਕਣਕ ਹੈ ਉਹ ਬਜਰੰਗ ਹੋ ਜਾਣਾ ਕਬ ਫਸਲਾਂ ਦੇ ਨਹੀਂ ਹੈਗੀਆਂ ਬਹੁਤ ਖਰਾਬ ਹੋ ਗਈਆਂ بارش ਕਰਕੇ ਔਰ ਮੰਡੀਆਂ ਦਾ ਹਾਲ ਬਹੁਤ ਖਰਾਬ ਹੈ ਖਰਾਬ ਹੈ ਦੂਆ ਨੰਬਰ ਕੋਈ ਪ੍ਰਬੰਧ ਨਹੀਂ ਹੈਗਾ ਕੱਚੇ ਫੜਾ ਉਹਨਾਂ 'ਚ ਵੀ ਪਾਣੀ ਖੜਾ ਬੰਦਾ ਕੋਈ ਕੋਈ ਕਿਸੇ ਦੀ ਕੋਈ ਵੀ ਜਾਣ ਕੋ ਦੇਖ ਪਾੜੇ ਉਹਦੀ ਕਿਸਾਨ ਦੀ ਪੂਰੇ ਹੈ ਕਿ ਆ ਜੀ ਜਿਹੜੀ ਕੱਚੀ ਮੰਡੀਆਂ ਹੈਗੀਆਂ ਨੇ ਉੱਥੇ ਸਫਾਈ ਚੱਲ ਰਹੀ ਹੈਗੀ ਹੈ ਤੇ ਬੰਦੇ ਪਾਣੀ ਬੰਦ ਤੇ ਜਿਹੜੇ ਵਾਸ਼ਰੂਮਸ ਵਗੈਰਾ ਹੈਗੇ ਉੱਥੇ ਟੈਂਪਰ